ਸਸਿਗਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਤੇ ਹਾਜ਼ਰ ਹੋ ਗਏ ਪੰਜਾਬ ਦੇ ਮੁਲਾਜ਼ਮਾਂ ਲਈ ਇੱਕ ਹੋਰ ਵੱਡੀ ਤੇ ਅਹਿਮ ਖਬਰ ਲੈ ਕੇ ਸੋ ਮੁਲਾਜ਼ਮਾਂ ਦੇ ਡੀਏ ਦੇ ਬਕਾਇਆ ਤੇ ਡੀਏ ਵਿੱਚ ਵਾਧੇ ਨੂੰ ਲੈ ਕੇ ਨਵਾਂ ਪੱਤਰ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਉਹ ਪੱਤਰ ਤੁਹਾਡਾ ਨਾਲ ਸਾਂਝਾ ਕਰਾਂਗੇ ਪੱਤਰ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਪਹਿਲਾਂ ਤੁਸੀਂ ਖਬਰ ਦੇਖ ਸਕਦੇ ਹੋ ਫਿਰ ਤੁਹਾਡਾ ਨਾਲ ਪੱਤਰ ਵੀ ਸਾਂਝਾ ਕਰਾਂਗੇ ਪੰਜਾਬ ਸਰਕਾਰ ਨੇ ਕਰਮਚਾਰੀਆਂ ਦੇ ਡੀਏ ਸੰਬੰਧੀ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਡੀ ਦੇ ਬਕਾਇਆ ਤੋਂ ਬਧੀ ਐਲਾਨ ਕੀਤਾ ਗਿਆ 6% ਡੀ ਦਾ ਬਕਾਇਆ ਚੁੱਕ 1 ਜੁਲਾਈ 2015 ਤੋਂ 31 12 15 ਤੱਕ ਸੀ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਤੁਸੀਂ ਪੱਤਰ ਤੁਸੀਂ ਦੇਖ ਸਕਦੇ ਹੋ ਪੱਤਰ ਦਾ ਵਿਸ਼ਾ ਹੈਗਾ ਜਿਹੜਾ ਪੰਜਾਬ ਸਰਕਾਰ ਪ੍ਰਾਈਵੇਟ ਐਡਿਟ ਸਕੂਲਾਂ ਦੇ ਤੁਸੀਂ ਦੇਖ ਸਕਦੇ ਹੋ ਜਿਹੜੇ ਪੈਨਸ਼ਨਰ ਨੇ ਉਹਨਾਂ ਦੀ ਜਿਹੜੀ ਹੈ 6% ਡੀ ਦਾ ਬਕਾਇਆ ਉਸ ਸੰਬੰਧੀ ਜਿਹੜਾ ਪੱਤਰ ਜਾਰੀ ਕੀਤਾ ਗਿਆ ਇਹ ਪੱਤਰ ਜਿਹੜਾ ਅਦਾਇਗੀ ਹੈ ਅਮਲਾਜ਼ਮਾਂ ਦੇ ਡੀਏ ਦੇ ਬਕਾਇਆ ਦੀ ਅਦਾਗੀ ਕਰਨ ਸੰਬੰਧੀ ਇਹ ਪੱਤਰ ਜਾਰੀ ਕੀਤਾ ਗਿਆ ਤੇ ਫਾਈਨਲ ਹੋ ਚੁੱਕਿਆ ਕਿ ਮਲਾਜ਼ਮਾਂ ਦਾ ਜਿਹੜਾ ਹੁਣ ਇਹ ਡੀਏ ਦਾ ਏਰੀਆ ਜਿਹੜੇ ਪੈਨਸ਼ਨਰਸ ਨੇ ਜਿਹੜੇ ਰਿਟਾਇਰ ਹੋਏ ਨੇ ਮਲਾਜ਼ਮ ਨੇ ਉਹਨਾਂ ਮਲਾਜ਼ਮਾਂ ਨੂੰ ਜਿਹੜਾ ਹੁਣ 6% ਡੀਏ ਦਾ ਜਿਹੜਾ ਮਿਤੀ 1.7.2015 ਤੋਂ ਲੈ ਕੇ ਮਿਤੀ 31.12.2015 ਤੱਕ ਜਿਹੜਾ ਇਹ 6% ਡੀਏ ਦਾ ਜਿਹੜਾ ਬਕਾਇਆ 113 ਤੋਂ 119% ਬਕਾਇਆ ਦਾ ਜਿਹੜਾ ਉਹਦੀ ਜਲਦੀ ਜਿਹੜੀ ਹੈ ਅਦਾਗੀ ਦਿੱਤੀ ਜਾਵੇਗੀ